ਹੈਲੋ ਸਟੂਡੈਂਟਸ ਵੈਰੀ ਗੁੱਡ ਈਵਨਿੰਗ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੁਰਬਾਣੀ ਚ ਮਹਾਰਾਜ ਜੀ ਕਹਿੰਦੇ ਆ ਜੇ ਤੁਸੀਂ ਚੰਗਾ ਕਰਮ ਕਰੋਗੇ ਤੇ ਫਲ ਹਮੇਸ਼ਾ ਤੁਹਾਨੂੰ ਚੰਗਾ ਹੀ ਮਿਲੇਗਾ ਤੇ ਜੇ ਪੂਰੀ ਇਮਾਨਦਾਰੀ ਨਾਲ ਪੂਰੇ ਹਾਰਡਵਰਕ ਨਾਲ ਕੋਈ ਕਰਮ ਕੀਤਾ ਜਾਵੇ ਉਹਦਾ ਫਲ ਹਮੇਸ਼ਾ ਚੰਗਾ ਹੀ ਹੁੰਦਾ ਤੇ ਅਸੀਂ ਸਟੂਡੈਂਟਸ ਦੀ ਡਿਮਾਂਡ ਨੂੰ ਲੈ ਕੇ ਕਿ ਪੇਪਰ ਆਫ ਕਲੈਸ਼ ਨੂੰ ਲੈ ਕੇ ਤੇ ਵੇਟਿੰਗ ਲਿਸਟ ਨੂੰ ਲੈ ਕੇ ਜਿਹੜਾ ਇੱਕ ਅਸੀਂ ਵੀਡੀਓ ਬਣਾਇਆ ਸੀ ਉਹਦਾ ਰਿਜ਼ਲਟ ਜਿਹੜਾ ਹੈ ਉਹ ਅੱਜ ਆ ਗਿਆ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਅਸੀਂ ਕਿਹਾ ਸੀਗੇ ਅਸੀਂ ਸੀਐਮ ਸਾਹਿਬ ਨੂੰ ਜਿਹੜਾ ਹੈ ਉਹ ਰਿਪਰੈਜ਼ੈਂਟੇਸ਼ਨ ਦਵਾਂਗੇ ਤੇ ਅੱਜ ਅਸੀਂ ਜਿਹੜਾ ਹੈ ਜਿਵੇਂ ਕਿ ਤੁਸੀਂ ਫੋਟੋ ਦੇਖ ਰਹੇ ਹੋ ਮੈਂ ਖੁਦ ਗਿਆ ਸੀਗਾ ਸਟੂਡੈਂਟਸ ਦੇ ਨਾਲ ਅਸੀਂ ਮਹਾਰਾਣੀ ਪਰਨੀਤ ਕੌਰ ਜੀ ਜਿਹੜੇ ਕਿ ਐਮਪੀ ਪਟਿਆਲਾ ਹੈਗੇ ਤੁਹਾਨੂੰ ਪਤਾ ਹੈ ਉਹਨਾਂ ਨੂੰ ਮਿਲੇ ਸੀਐਮ ਸਾਹਿਬ ਨੂੰ ਮਤਲਬ ਰਿਪਰੈਜੈਂਟੇਸ਼ਨ ਦੇਣ ਵਾਸਤੇ ਉਹਨਾਂ ਨੇ ਸਾਡੇ ਨਾਲ ਡਾਇਰੈਕਟਲੀ ਜਿਹੜੀ ਗੱਲ ਕੀਤੀ ਤੇ ਸਭ ਤੋਂ ਵੱਡੀ ਜਿਹੜੀ ਖੁਸ਼ੀ ਦੀ ਗੱਲ ਹੈਗੀ ਹੈ ਕਿਉਂਕਿ ਉੱਥੇ ਕਾਫੀ ਜ਼ਿਆਦਾ ਰਸ਼ੇ ਤੁਹਾਨੂੰ ਪਤਾ ਸੀਐਮ ਆਫਿਸ 'ਚ ਕਾਫੀ ਲੋਕੀ ਜਿਹੜੇ ਆਪਣੇ ਜਿਹੜੇ ਡਿਮਾਂਡਸ ਨੂੰ ਲੈ ਕੇ ਜਾਂਦੇ ਆ ਤੇ ਉਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਸਟੂਡੈਂਟਸ ਜਿਹੜੇ ਆਏ ਹੋਏ ਆ ਆਪਣੀ ਡਿਮਾਂਡਸ ਨੂੰ ਲੈ ਕੇ ਉਹਨ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਟੂਡੈਂਟਸ ਆਏ ਇਹਨਾਂ ਦੀ ਪਹਿਲੇ ਸਭ ਤੋਂ ਪਹਿਲੇ ਇਹਨਾਂ ਦੀ ਡਿਮਾਂਡਸ ਨੂੰ ਸੁਨਿਆ ਜਾਵੇ ਤੇ ਸਾਡੀਆਂ ਜਿਹੜੀਆਂ ਡਿਮਾਂਡ ਸੀਗੇ ਬੱਚੇ ਇੱਕ ਤਾਂ ਸੀਗੀ ਕਲੈਸ਼ ਆਫ ਐਗਜ਼ਾਮ ਨੂੰ ਲੈ ਕੇ ਅਸੀਂ ਉਹਨਾਂ ਨੂੰ ਦੱਸਿਆ ਦੂਜਾ ਪਟਵਾਰੀ ਦੀ ਜਿਹੜੀ ਆ ਪੀ 3 ਪਲੱਸ ਐਸ ਦੀ ਵੇਟਿੰਗ ਲਿਸਟ ਨੂੰ ਲੈ ਕੇ ਉਹਨਾਂ ਨੂੰ ਦੱਸਿਆ ਤੀਜਾ ਸੀ ਜਿਹੜੀ ਪੰਜਾਬ ਪੁਲਿਸ ਦੀ ਵੇਟਿੰਗ ਲਿਸਟ ਨੂੰ ਲੈ ਕੇ ਉਹਨਾਂ ਨੂੰ ਦੱਸਿਆ ਇਮੀਡੀਏਟਲੀ ਉਹਨਾਂ ਨੇ ਐਕਸ਼ਨ ਲਿਆ ਜੀ ਇਮੀਡੀਏਟਲੀ ਮੀਨ ਸਾਡੇ ਬੈਠੇ ਬੈਠੇ ਉੱਤੇ ਉਹਨਾਂ ਨੇ ਕਾਲਸ ਕੀਤੀਆਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਆ 3 ਅਕਤੂਬਰ ਨੂੰ ਜਿਹੜਾ ਈਟੀਟੀ ਉਹਨਾਂ ਨੇ ਹਾਇਰ ਅਥਾਰਟिटीज ਨੇ ਇਮੀਡੀਏਲੀ ਉਹਨਾਂ ਨੂੰ ਸ਼ੋਰ ਕੀਤਾ ਕਿ ਜਿਹੜੇ ਈਟੀਟੀ ਵਾਲਾ ਜਿਹੜਾ ਪੇਪਰ ਹੈ ਇਹਨੂੰ ਜਿਹੜਾ ਪੋਸਟਪੋਨ ਕਰ ਦਿੱਤਾ ਜਾਏਗਾ ਤੇ ਉਸ ਦਿਨ ਕੋਈ ਹੋਰ ਪੇਪਰ ਨਹੀਂ ਹੋਏਗਾ ਜਿਹੜਾ ਡਰਾਫਟ ਪੈਨ ਦਾ ਪੇਪਰ ਹੈ ਉਹ ਕਿਉਂਕਿ ਆਈਟੀਆਈ ਬੇਸਡ ਹੈ ਉਹ ਮਾਰਨਿੰਗ ਸ਼ਿਫਟ ਹੈ ਉਹਦੀ ਐਲੀਜੀਬਿਲਟੀ ਅਲੱਗ ਹੈ ਉਹਨੂੰ ਸ਼ਾਇਦ ਉਹ ਪੋਸਟਪੋਨ ਨਹੀਂ ਕਰਨਗੇ ਨੈਕਸਟ ਆ ਗਿਆ ਜੀ ਵੇਟਿੰਗ ਲਿਸਟ ਜਿਹੜੀ ਪਟਵਾਰੀ ਚ ਕਾਫੀ ਬੱਚਿਆਂ ਨੇ ਜਿਹੜੇ 75 80 ਨੰਬਰ ਸੀਗੇ 70 ਨੰਬਰ ਸੀਗੇ ਜਨਰਲ ਕੈਟਾਗਰੀ ਚ ਉਹਨਾਂ ਨੂੰ ਡਾਊਟ ਸੀਗਾ ਕਿ ਸਾਡਾ ਨੰਬਰ ਨਹੀਂ ਆਊਗਾ ਕਿਉਂਕਿ ਵੇਟਿੰਗ ਲਿਸਟ ਨਹੀਂ ਹੋਏਗੀ ਤੇ ਮੈਂ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਸਾਰੇ ਬੱਚਿਆਂ ਨੂੰ ਕਿ ਵੇਟਿੰਗ ਲਿਸਟ ਵਾਸਤੇ ਬਿਲਕੁਲ ਅਸ਼ੋਰੈਂਸ ਦੇ ਦਿੱਤੀ ਗਈ ਹੈ ਕਿ ਵੇਟਿੰਗ ਲਿਸਟ ਜਿਹੜੀ ਪੀ ਟ੍ਰਿਪਲ ਐਸ ਦੀ ਜਿੰਨੇ ਵੀ ਪੇਪਰ ਹੋਣਗੇ ਸਾਰਿਆਂ ਚ ਹੋਏਗੀ ਜੀ ਤੀਜੀ ਜਿਹੜੀ ਪੰਜਾਬ ਪੁਲਿਸ ਦੀ ਵੈਬਸਾਈਟ ਤੇ ਕਲੀਅਰ ਕਟ ਲਿਖਿਆ ਹੋਇਆ ਸੀਗਾ ਕਿ ਵੇਟਿੰਗ ਲਿਸਟ ਨਹੀਂ ਹੋਏਗੀ ਉਦੇ ਵਾਸਤੇ ਹਾਇਰ ਅਥਾਰਟिटीज ਨੇ ਇਹ ਕਿਹਾ ਹੈਗਾ ਕਿ ਅਸੀਂ ਇਹਦੇ ਉੱਤੇ ਲੀਗਲ ਓਪੀਨੀਅਨ ਜਿਹੜਾ ਲੈ ਲੰਨੇ ਆ ਕਿ ਇਹਦੇ ਚ ਬੈਸਟ ਪੋਸੀਬਲ ਕੀ ਹੈ ਤਾਂ ਕਿ ਕੱਲ ਨੂੰ ਕੋਈ ਅਸੀਂ ਜੇ ਇਹਨੂੰ ୱੇਟਿੰਗ ਲਿਸਟ ਕ੍ਰੀਏਟ ਕਰੀਏ ਤੇ ਕੱਲ ਨੂੰ ਕੋਈ ਹਾਈ ਕੋਰਟ ਵਗੈਰਾ ਜਾਂ ਕੋਈ ਰਿਟ ਨਾ ਪਿਆ ਜਾਵੇ ਤੇ ਹੋਰ ਵੀ ਕੋਈ ਸੋਲੂਸ਼ਨ ਜਿਹੜੀ ਬੈਸਟ ਹੁੰਦੀ ਹੈ ਜੇ ਕਾਮਨ ਕਾਉਂਸਲਿੰਗ ਮੈਥਡ ਹੁੰਦਾ ਹੈ ਉਹਦੇ ਉੱਤੇ ਉਹਨਾਂ ਨੇ ਅਸ਼ੋਰੈਂਸ ਦਿੱਤੀ ਹੈ ਕਿ ਅਸੀਂ ਦੋ ਤਿੰਨ ਦਿਨ ਚ ਜਿਹੜੀ ਹੈ ਮੈਮ ਨੂੰ ਜਿਹੜਾ ਉਹ ਜ਼ਰੂਰ ਪ੍ਰਨੀਤ ਕੌਰ ਜੀ ਨੂੰ ਜਿਹੜੇ ਸੀਐਮ ਪੰਜਾਬ ਸੀਐਮ ਜਿਹੜੇ ਆਪਣਾ ਐਮਪੀ ਪੰਜਾਬ ਹੈਗੇ ਆ ਤੇ ਪਟਿਆਲਾ ਦੇ ਉਹਨਾਂ ਤੇ ਇਹ ਜਿਹੜੀ ਜਿੱਤ ਹੈਗੀ ਇਹ ਸਟੂਡੈਂਟਸ ਦੀ ਜਿੱਤ ਹੈਗੀ ਹੈ ਤੇ ਜਿਹੜੇ ਸਾਡੇ ਨਾਲ ਅੱਜ ਸਟੂਡੈਂਟਸ ਗਏ ਸੀਗੇ ਮੈਂ ਉਹਨਾਂ ਨਾਲ ਤੁਹਾਡਾਂ ਨੂੰ ਮਿਲਾਨਾ ਚਾਹੁੰਦਾ ਸਭ ਤੋਂ ਪਹਿਲੇ ਜੀ ਮਿਸਟਰ ਸਹਿਜਦੀਪ ਜੀ ਠੀਕ ਹੈ ਪਟਿਆਲੇ ਤੋਂ ਸਪੈਸ਼ਲ ਆਏ ਸੀਗੇ ਕਿਉਂਕਿ ਚਾਹਦੇ ਸੀ ਅਸੀਂ ਜਾਈਏ ਦੂਜਾ ਸੀਗੇ ਜੀ ਮਿਸਟਰ ਚਿਰਾਗ ਜੀ ਤੀਜੇ ਹੈਗੇ ਜੀ ਰਾਗਵ ਜੀ ਤੇ ਚੌਥੇ ਹੈਗੇ ਰੋਹਿਤ ਜੀ ਤੇ ਬੇਟਾ ਹੁਣ ਤੁਸੀਂ ਸਟੂਡੈਂਟਸ ਨਾਲ ਕੋਈ ਗੱਲ ਸ਼ੇਅਰ ਕਰਨਾ ਚਾਹੁੰਦੇ ਤਾਂ ਜਰੂਰ ਦੱਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਇਹ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੀਆਂ ਇਹ ਡਿਮਾਂਡਸ ਪੂਰੀਆਂ ਕਰਕੇ 2.5 ਲੱਖ ਬੱਚਿਆਂ ਦਾ ਫਾਇਦਾ ਕੀਤਾ ਤੇ ਨਾਲ ਹੀ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਮਹਾਜਨ ਸਰ ਦਾ ਤੇ ਬ੍ਰਾਈਟ ਅਕੈਡਮੀ ਦਾ ਜਿਨ੍ਹਾਂ ਨੇ ਸਾਨੂੰ ਇਹ ਰਸਤਾ ਦਿਖਾਇਆ ਤੇ ਸਟੂਡੈਂਟਸ ਹੁਣ ਤੁਸੀਂ ਜਿਹੜਾ ਐਕਸਾਈਜ਼ ਇੰਸਪੈਕਟਰ ਦਾ ਜਿਹੜਾ ਪੇਪਰ ਆ ਰਿਹਾ ਤੇ ਪੰਜਾਬ ਦੇ ਜਿਹੜੇ ਹੋਰ ਪੇਪਰਸ ਨਿਕਲਣੇ ਆ ਬਿਨਾ ਟੈਨਸ਼ਨ ਤੋਂ ਹੁਣ ਉਹਨਾਂ ਦੀ ਤਿਆਰੀ ਕਰੋ ਔਰ ਵੇਟਿੰਗ ਲਿਸਟ ਵਾਲੀ ਕੋਈ ਟੈਨਸ਼ਨ ਆਪਣੇ ਮਨ 'ਚ ਨਾ ਰੱਖੋ ਮੈਨੂੰ ਪੂਰੀ ਉਮੀਦ ਹੈਗੀ ਹੈ ਕੀਸ਼ਵਰੀ ਤੁਸੀਂ ਆਪਣੇ ਮਾਪਪ ਦਾ ਜਿਹੜਾ ਹੈ ਪੂਰਾ ਨਾਮ ਰੋਸ਼ਨ ਕਰੋਗੇ ਉਹਨਾਂ ਦੀ ਜਿਹੜੀਆਂ ਉਮੀਦਾਂ ਤੇ ਖਰੇ ਉਤਰੋਗੇ ਤੇ ਤੁਹਾਡੀ ਜਿਹੜੀ ਗਵਰਨਮੈਂਟ ਜੌਬ ਹੈ ਉਹ ਜ਼ਰੂਰ ਲੱਗੇਗੀ ਸੋ ਗੋਡ ਬlesਸ ਯੂ ਆਲ ਥੈਂਕ ਯੂ ਵੈਰੀ ਮਚ ਥੈਂਕ ਯੂ